अमृतपाल ने डिब्रूगढ़ जेल तो लिखी चिट्ठी, चिट्ठी राही भेजा नौजवान सिखां नूं संदेश। अमृतपाल की पत्नी ने विखाई चिट्ठी, वारिस पंजाब की जथेबंदी के मुख सेवादार भाई अमृतपाल सिंह डिब्रूगढ़ जेल दे विच अपने साथियों दे नाल बंद ने। दसा जाता है कि हुण जेल दे विचों उन्हां दे वल्लों एक चिट्ठी लिखी गई है। दरअसल यह चिट्ठी 5 जुलाई 2023 की दसी जा रही है। चिट्ठी दे विच अमृतपाल सिंह दे वल्लों भाई अवतार सिंह खंडा और भाई हरदीप सिंह निज्जर की शहादत बारे जिक्र किया गया है। चिट्ठी दे विच भाई अवतार सिंह खंडा और भाई हरदीप सिंह निज्जर की मौत नूं अमृतपाल दे वल्लों शहीदी दसिया गया है। अमृतपाल का कहना सी कि शहीद भाई अवतार सिंह खंडा शहीद भाई अवतार सिंह खंडा और शहीद भाई हरदीप सिंह निज्जर सिखां दे राजसी निशाने लिए समर्पित होण अते अडोल रहन दे कारण हिंद हकूमत ने शहीद किया। शहीद भाई अवतार सिंह खंडा की शहीदी नूं धुंधला करन दे लई हिंद हकूमत ने उन्हां दी शहादत नूं बीमारी कारण हुई मौत वजो पेश किया। बिल्कुल उस तरह जिवें शहीद भाई संदीप सिंह दीप सिद्धू की शहादत नूं सड़क दुर्घटना का रूप देने की कोशिश की गई सी। इस नाल ही अमृतपाल ने सिख कौम तो मंग की है कि भाई अवतार सिंह खंडा और भाई हरदीप सिंह निज्जर नूं कौमी शहीद का दर्जा दिता जाए। अमृतपाल का कहना सी कि साड़ी नसल दर नसल आजादी के लिए संघर्ष करती रहेगी। ਹੋਰੇ ਹਕੂਮਤ ਨੂੰ ਇਸ ਗੱਲ ਦਾ ਪਰਮ ਹੈ ਕਿ ਇਸ ਤਰ੍ਹਾਂ ਪੰਥ ਵਿੱਚੋਂ ਸੰਘਰਸ਼ੀ ਨੌਜਵਾਨਾਂ ਨੂੰ ਚੁਣ ਚੁਣ ਕੇ ਸ਼ਹੀਦ ਕਰਨ ਦੇ ਨਾਲ ਸਿੱਖਾਂ ਵਿੱਚੋਂ ਰਾਜਸੀ ਚੇਤਨਾ ਮੁੱਕ ਜਾਵੇਗੀ। ਇਤਿਹਾਸ ਗਵਾਹ ਹੈ, ਸ਼ਹਾਦਤਾਂ ਨੇ ਸੰਘਰਸ਼ ਨੂੰ ਹਮੇਸ਼ਾ ਬਲ ਬਖਸ਼ਿਆ ਏ। ਸ਼ਹੀਦਾਂ ਦੇ ਲਹੂ ਨਾਲ ਕੌਮ ਦੀ ਮਿੱਟੀ ਜ਼ਰਖੇਜ਼ ਹੁੰਦੀ ਰਹੇਗੀ, ਜਿਸ ਨਾਲ ਹੋਰ ਸੂਰਮੇ ਪੈਦਾ ਹੁੰਦੇ ਰਹਿਣਗੇ। ਇਹ ਭਰਮ ਜੋ ਹਿੰਦੁਸਤਾਨ ਦੀ ਹਕੂਮਤ ਨੂੰ ਹੋਇਆ ਹੈ, ਇਹ ਕਿਸੇ ਵੇਲੇ ਮੁਗਲਾਂ, ਦੁਰਾਨੀਆਂ ਅਤੇ ਅੰਗਰੇਜ਼ ਹਕੂਮਤ ਨੂੰ ਰਿਹਾ ਸੀ। ਇਸ ਭਰਮ ਨੇ ਉਹਨਾਂ ਦੇ ਪਾਪੀ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ। 1978 ਈਸਵੀ ਵਿਸਾਖੀ ਤੋਂ ਬਾਅਦ ਉੱਠੇ ਸਿੱਖ ਸੰਘਰਸ਼ ਨੂੰ ਕੁਝ ਅਤੇ ਸੰਘਰਸ਼ ਦੇ ਨਾਇਕ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਕੇ ਹਿੰਦ ਹਕੂਮਤ ਨੂੰ ਭਰਮ ਸੀ ਕਿ ਸਿੱਖਾਂ ਨੂੰ ਦਬਾਇਆ ਜਾ ਸਕਦਾ ਹੈ। ਪਰ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਵਹਿਸ਼ੀ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਅੰਮ੍ਰਿਤਪਾਲ ਦਾ ਕਹਿਣਾ ਸੀ ਕਿ ਗੁਰ ਸਿਧਾਂਤ ਦੇ ਮੁਤਾਬਿਕ ਹਥਿਆਰਬੰਦ ਸੰਘਰਸ਼ ਸਿੱਖਾਂ ਵਾਸਤੇ ਆਖਰੀ ਰਾਹ ਹੁੰਦਾ ਹੈ। ਕੌਮ ਦੇ ਹੀਰਿਆਂ ਵਰਗੇ ਨੌਜਵਾਨਾਂ ਨੂੰ ਚੁਣ ਚੁਣ ਕੇ ਸਾਜ਼ਿਸ਼ਾਨਾ ਤਰੀਕੇ ਨਾਲ ਸ਼ਹੀਦ ਕੀਤਾ ਜਾ ਰਿਹਾ ਹੈ। ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਕੌਮੀ ਘਰ ਲਈ ਤਤਪਰ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਹਕੂਮਤ ਦੀਆਂ ਚਾਲਾਂ ਤੋਂ ਸੁਚੇਤ ਰਹਿ ਕੇ ਸੰਘਰਸ਼ ਨੂੰ ਹੋਰ ਬੁਲੰਦੀਆਂ ਤੇ ਲਿਜਾਇਆ ਜਾਵੇ। ਉਸਨੇ ਚਿੱਠੀ ਰਾਹੀਂ ਕਿਹਾ ਕਿ ਸਿੱਖਾਂ ਲਈ ਗੁਰੂ ਸਾਹਿਬ ਤੋਂ ਬਿਨਾਂ ਕੋਈ ਵਾਲੀ ਨਹੀਂ ਅਤੇ ਆਪਣੇ ਰਾਜਪਾਲ ਬਿਨਾਂ ਸਿੱਖਾਂ ਦੇ ਘਾਣ ਦਾ ਰੁਕਣਾ ਅਸੰਭਵ ਏ। ਸਿੱਖਾਂ ਦੇ ਰਾਜਸੀ ਸੂਰਜ ਨੂੰ ਚੜ੍ਹਨੋਂ ਦੁਨੀਆਂ ਦੀ ਕੋਈ ਤਾਕਤ ਨਹੀਂ ਰੁਕ ਸਕਦੀ। ਅਖੀਰ ਵਿੱਚ ਸਿੱਖ ਪੰਥ ਦੇ ਚਰਨਾਂ ਦੇ ਵਿੱਚ ਸਨਿਮਰ ਬੇਨਤੀ ਹੈ ਕਿ ਆਪਣੇ ਰਾਜ ਭਾਗ ਲਈ ਜਿੱਥੇ ਅਸੀਂ ਗੁਰੂ ਸਾਹਿਬ ਤੋਂ ਦੋਵੇਂ ਵਕਤ ਬਖਸ਼ਿਸ਼ ਮੰਗਦੇ ਹਾਂ, ਉੱਥੇ ਹੀ ਇਸ ਪਾਵਨ ਮਕਸਦ ਲਈ ਯਤਨਸ਼ੀਲ ਰਹਿਣਾ ਵੀ ਸ਼ਹੀਦਾਂ ਨੂੰ ਅਸਲ ਪ੍ਰਣਾਮ ਹੋਵੇਗਾ। ਅੰਮ੍ਰਿਤਪਾਲ ਦਾ ਕਹਿਣਾ ਸੀ ਕਿ ਆਖਰ 'ਚ ਸਿੱਖ ਨੌਜਵਾਨੀ ਤੱਕ ਸੰਦੇਸ਼ ਹੈ, ਨਸ਼ੇ ਤਿਆਗੋ, ਅੰਮ੍ਰਿਤ ਛਕੋ ਅਤੇ ਤਿਆਰ ਬਰ ਤਿਆਰ ਸਿੰਘ ਸਜੋ। ਅੰਮ੍ਰਿਤਪਾਲ ਤੋਂ ਇਲਾਵਾ ਉਸਦੇ ਚਾਚਾ ਹਰਜੀਤ ਸਿੰਘ, ਪਪਲਪ੍ਰੀਤ, ਦਲਜੀਤ ਕਲਸੀ ਅਤੇ ਬਾਕੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸਿੰਘਾਂ ਦੇ ਵੱਲੋਂ ਵੀ ਇਸ ਚਿੱਠੀ ਦੇ ਉੱਤੇ ਹਸਤਾਖਰ ਕੀਤੇ ਗਏ ਨੇ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਦੇ ਉੱਤੇ NSA ਲੱਗਾ ਹੈ, ਜਿਸ ਤਹਿਤ ਉਸਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਏ। ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ TV।